संयुक्त किसान मोर्चे के ऐलान मगरों देश भर च रेल रोको अंदोलन किया गया। इस तहत रेलवे स्टेशन सरहिंद विखे किसान जथेबंदियों ने रेलां रोकिया। किसानों ने सरहिंद स्टेशन से लंगर के नाम से मुसाफरों तो पैसे इकट्ठे करता एक व्यक्ति भी काबू किया, रेलवे पुलिस हवाले कर दिता। फतेहगढ़ साहब तो संदीप अरोड़ा की जीरो लाइन टीवी के लिए रिपोर्ट। ਜੋ ਮੁਸਾਫਰ ਨੇ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਨੇ ਉਹਨਾਂ ਕੋਲੋਂ ਇਸੇ ਲੰਗਰ ਦੇ ਆਧਾਰ ਤੇ ਪੈਸੇ ਇਕੱਠੇ ਕਰ ਰਹੇ ਬੰਦੇ। ਮੰਨ ਲਓ ਉਹ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਡਰਿੰਕ ਇਹਨੇ ਕਰੀ ਹੋਈ ਹੈ, ਲਾੜਾ ਦੇਖੋ ਰੱਖਿਆ ਗੁਰਸਿੱਖ ਹਾਲੇ ਵੀ ਘੂਰ ਰਿਹਾ ਸਾਨੂੰ। ਪਛਾਣ ਕਰਵਾਈ ਕਹਿੰਦੇ ਇਹ ਬੰਦਾ ਵੀ ਇਹਨੇ ਮੁਸਾਫਰਾਂ ਦੀ ਕੰਪਲੇਂਟ ਆ ਰਹੀ ਹੈ। ਮੈਂ ਕਿਹਾ ਤੁਸੀਂ ਕੌਣ ਹੋ? ਕਹਿੰਦੇ ਮੈਂ ਟ੍ਰੇਨ ਦਾ ਮਕੈਨਿਕ ਹਾਂ ਵੀ ਮੈਂ ਤੇ ਨਿਗਾਹ ਰੱਖ ਰਿਹਾ, ਹਰੇਕ ਤੋਂ ਪੈਸੇ ਮੰਗ ਰਿਹਾ, ਮੈਨੂੰ ਇਸਦੀ ਬੋਲੀ ਤੋਂ ਆਵਾਜ਼ ਤੋਂ ਸ਼ੱਕ ਹੋ ਗਈ। ਤੁਹਾਨੂੰ ਕਿੱਦਾਂ ਪਤਾ ਚੱਲਿਆ? ਸਾਨੂੰ ਪਹਿਲਾਂ ਇੱਥੋਂ ਕੰਪਲੇਂਟ ਮਿਲਣ ਲੱਗ ਗਈ ਸੀ, ਅੱਗੇ ਗਏ ਟ੍ਰੇਨ ਦੇ ਮਕੈਨਿਕ ਵੀ ਮਿਲੇ ਨੇ, ਯਾਤਰੀ ਵੀ ਮਿਲੇ ਨੇ। ਇਹ ਕੰਮ ਤੂੰ ਕਿਉਂ ਕਰ ਰਿਹਾ? लंगर के लिए पैसे मांग रहा है, लंगर लगाना है नीचे, लंगर के लिए आप पैसे। किसान कह रहे हैं साडा बंदा नहीं असी फड़िया, तभी इसके साथ साथ पीछे है। मान लो मेरे को नहीं पता चाहिए किससे, क्योंकि ट्रेन में कोई सारे पंजाबी नहीं है, पैसे मांगने आया लंगर के लिए, कोई भी इसको पैसे। लेडीज भी खड़े हैं पीछे, उन्होंने कहा कि हमने पैसे दिए ਸੇਵਾ ਨੀ ਮੰਗ ਸਕਦਾ। ਮੈਨੂੰ ਇੱਥੇ ਹੋ ਗਿਆ ਸ਼ੱਕ, ਮੈਂ ਆਇਆ ਕਿਸਾਨ ਦੇ ਸੇਵਾਦਾਰ ਕੋ, ਆਇਆ ਕਿ ਉਹਨਾਂ ਨੂੰ ਪੁੱਛਿਆ ਕਿ ਤੁਹਾਡਾ ਬੰਦਾ ਕੋਈ ਸੇਵਾ ਮੰਗਦਾ ਪਿਆ ਲੰਗਰ ਦੇ ਨਾਂ ਤੇ? ਕਹਿੰਦੇ ਨਹੀਂ। ਮੈਂ ਚਲੋ ਮੇਰੇ ਨਾਲ, ਮੈਂ ਤੁਹਾਨੂੰ ਬੰਦਾ ਨਹੀਂ, ਤੈਨੂੰ ਇਹਨੂੰ ਏਸੀ ਚੋਂ ਫੜ ਕੇ ਭੇਜਿਆ ਕਿਹਨੇ ਆ? ਤੁਹਾਨੂੰ ਭੇਜਿਆ ਕਿਹਨੇ ਆ? ਭੇਜਿਆ ਕਿਸੇ ਨੇ ਜੀ। ਕਿੰਨੇ ਬੰਦੇ? ਫਿਰ ਕਿਉਂ ਅਜਿਹਾ ਕਰ ਰਹੇ ਸੀ? ਚਲੋ ਮੇਰੇ ਕੋਲ ਗਲਤੀ ਹੋ ਗਈ। ਬੰਦੇ ਕੀ ਕਰਨ ਜਾ ਰਹੇ ਸੀ? ਕਾਰਨ ਕੋਈ ਤੇਰੇ ਕਾਰਨ ਕਿਉਂ ਕਰ ਰਹੇ ਆ? ਕੋਈ ਤਾਂ ਕਾਰਨ ਹੋਵੇਗਾ ਨਾ। ਨਹੀਂ ਕਾਰਨ ਕੀ ਆ? ਘਰੇ ਕੋਈ ਮਜਬੂਰੀ ਆ? ਨਹੀਂ ਕੋਈ ਮਜਬੂਰੀ। ਫਿਰ ਕਿਉਂ ਕਰ ਰਹੇ ਹੋ? ਸਾਰੇ ਪੈਸੇ ਕਰ ਰਹੇ ਹੋ? ਕਿੰਨੇ ਪੈਸੇ ਇਕੱਠੇ ਕੀਤੇ ਆ? ਨਹੀਂ ਕਹਿੰਦੇ ਕਿੱਥੇ ਹੋਈ ਆ ਜੀ? ਦੇਖੋ ਕਿੰਨੇ ਪੈਸੇ ਇਕੱਠੇ ਕੀਤੇ ਆ? ਕਿੰਨੇ ਪੈਸੇ ਇਕੱਠੇ ਕੀਤੇ ਆ? ਦਿਖਾ ਸਕਦੇ ਕਿੰਨੇ ਪੈਸੇ? ਕਿੰਨਾ ਲੋਕ ਨੇ ਕਿੰਨਾ ਕੀਤਾ ਇਕੱਠਾ? आपको किसी ने भेजा? ਸਵੇਰ ਦਾ ਉੱਥੇ ਨਾਰੇ ਵੀ ਲਾ ਰਿਹਾ, ਇਹਨੇ ਨਾਰੇ ਵੀ ਲਾਏ ਨੇ, ਅੱਖ ਬਚਾ ਕੇ ਆਇਆ ਹੈ ਟ੍ਰੇਨ ਚ, ਵੀ ਲੋਕਾਂ ਨੂੰ ਐ ਲੱਗੇ ਵੀ ਇਹ ਕਿਸਾਨ ਹੈ। ਉਹ ਆਪਣਾ ਚਿਹਰਾ ਬਣਾ ਕੇ ਕਿਸੇ ਕਿਸਾਨਾਂ ਦਾ ਫਿਰ ਟ੍ਰੇਨ ਚ ਲੋਕਾਂ ਲੁੱਟਣ ਲੱਗਿਆ। ਕੀ ਲੱਗਦਾ ਜੀ ਤੁਹਾਨੂੰ, ਜਿਸ ਤਰੀਕੇ ਨਾਲ ਕਿਹਾ ਜਾਂਦਾ ਸ਼ਰਾਰਤੀ ਅੰਸਰ ਆ ਗਏ, ਕਿਸਾਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਲੱਗਦਾ ਉਸਦਾ ਪਾਰਟ ਹੈ? ਹਾਂ ਜੀ ਹਾਂ, ਬਿਲਕੁਲ ਇਹ ਤਾਂ ਪ੍ਰਤੱਖ ਨੂੰ ਕੀ ਪ੍ਰਮਾਣ ਹੈ ਸਾਹਮਣੇ ਫੜਦੇ ਆਪਾਂ ਨੇ। ਪੈਸੇ ਮੰਗ ਰਹੇ ਸੀ, ਕਿਉਂ ਮੰਗ ਰਹੇ ਸੀ, ਕਿਸ ਕਿਸ ਬਿਹਾਫ ਤੇ ਪੈਸੇ ਮੰਗੇ ਜਾ ਰਹੇ ਸੀ? ਜਿਹੜੀ ਕਾਰਵਾਈ ਪਾਉਣੀ ਆ ਅਗਲੀ, ਤੁਸੀਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕਰੋਗੇ? ਕੋਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਓਗੇ, ਹਵਾਲੇ ਕਰੋਗੇ? ਤਿੰਨ ਬੰਦੇ ਹੋਰ ਜਿਹੜੇ ਦੱਸੇ ਜਾ ਰਹੇ ਆ ਇਸ ਵਿਅਕਤੀ ਦੇ ਨਾਲ, ਤਿੰਨ ਬੰਦੇ ਹੋਰ ਵੀ ਦੱਸੇ ਜਾ ਰਹੇ ਆ, ਹੋਰ ਵੀ ਬੰਦੇ ਨੇ
ਸਹੁਰੇ ਆ ਇਹ ਤੁਹਾਡਾ ਇੱਥੇ ਆਇਆ ਠੀਕ ਹੈ ਕਿ ਪੈਸੇ ਮੰਗਾ